ਸਮੁੱਚੀ ਮਾਨਤਾ ਔਰ ਪਿਆਰ ਕਰਨ ਵਾਲੇ ਕੇਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਰੋਲ ਐਕਸ਼ਨ ਲੈ ਕੇ ਤੁਹਾਡੀ ਸੇਵਾ ਵਿੱਚ ਹੋ ਗਏ ਆ ਹਾਜ਼ਰ ਤੇ ਬਿਲਕੁਲ ਤੁਹਾਨੂੰ ਪਤਾ ਹੁੰਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਕਰਦੇ ਆ, ਤੁਹਾਡੇ ਚਾਹਣ ਵਾਲੇ ਸਿਤਾਰਿਆਂ ਨੂੰ ਤੁਹਾਡੇ ਕਰਦੇ ਆ ਰੂਬਰੂ। ਤੇ ਜਦੋਂ ਗੱਲ ਪੰਜਾਬੀ ਬੋਲੀ ਦੀ ਆਉਂਦੀ ਆ, ਪੰਜਾਬੀ ਸੰਗੀਤ ਦੀ ਆਉਂਦੀ ਆ, ਤੇ ਬੇਸ਼ੱਕ ਅਸੀਂ ਪੰਜਾਬ ਦੇ ਵਿੱਚ ਜੰਮ ਪਲ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰਕੇ ਤਾਂ ਬਹੁਤ ਇਸ ਸੰਗੀਤ ਨੂੰ ਉੱਤਲੇ ਉੱਪਰਲੇ ਮਿਆਰਾਂ 'ਤੇ ਲੈ ਗਏ ਹਾਂ, ਪਰ ਜਦੋਂ ਗੱਲ ਕਿਤੇ ਬਾਹਰਲੇ ਦੇਸ਼ਾਂ ਦੀ ਆਉਂਦੀ ਆ ਤਾਂ ਇਸ ਸੰਗੀਤ ਨੂੰ ਉੱਪਰ ਚੁੱਕਣ ਦੇ ਵਿੱਚ ਸਾਨੂੰ ਪਤਾ ਕਿ ਗਰੁੱਪਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅਤੇ ਬਿਲਕੁਲ ਜਦੋਂ ਆਪਾਂ ਇੰਗਲੈਂਡ ਦੀ ਗੱਲ ਕਰਦੇ ਹਾਂ ਤਾਂ ਇੰਗਲੈਂਡ ਦੇ ਵਿੱਚ ਜਿਹੜੀ ਮਿਡਲੈਂਡ ਆ ਉਹਨੂੰ ਭੰਗੜੇ ਦੀ ਧਰਤੀ ਮੰਨਿਆ ਗਿਆ। ਅਤੇ ਇਹੋ ਜਿਹੀ ਅੱਜ ਸ਼ਖਸੀਅਤ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਜਿਨ੍ਹਾਂ ਨੇ ਵਰਲਡ ਰੈਕੋਰਡ ਵੀ ਬਣਾਏ ਆ, ਗਿਨੀਜ਼ ਬੁੱਕ ਦੇ ਵਿੱਚ ਨਾਂ ਵੀ ਦਰਜ ਕਰਵਾਇਆ, ਕਿਹਨਾਂ ਕਰਕੇ? ਸਿਰਫ ਤੇ ਸਿਰਫ ਪੰਜਾਬੀ ਸੰਗੀਤ ਦੇ ਕਰਕੇ। ਤੇ ਆਓ ਫਿਰ ਤੁਹਾਡੇ ਰੂਬਰੂ ਕਰਦੇ ਹਾਂ ਅੱਜ ਉਸ ਗਰੁੱਪ ਦੇ ਇੱਕ ਸ਼ਖਸੀਅਤ ਜਿਨ੍ਹਾਂ ਦਾ ਨਾਂ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦਾ ਤੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ UK ਦੇ ਵਿੱਚ ਪੰਜਾਬੀ ਸੰਗੀਤ ਦੀ ਜੜ ਲਾਉਣ ਵਾਲੇ ਆਪਾਂ ਕਹਿ ਸਕਦੇ ਹਾਂ ਵੀਰ ਜੀ ਹੁਣੀ। ਸੋ ਮੇਰੇ ਨਾਲ ਨੇ ਅੱਜ ਬਲਵੀਰ ਭਚੰਗੀ ਜੀ, ਭਚੰਗੀ ਗਰੁੱਪ ਤੋਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਅੰਕਲ? ਬਹੁਤ ਮਿਹਰਬਾਨੀ, KTV ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪਿਆਰ ਨਾਲ ਬੁਲਾਇਆ ਜੀ। ਕਿ ਇੱਦਾਂ ਕਿ ਦੇਖੋ, ਇਹ ਤਾਂ ਅਸੀਂ ਇਹ ਕਹਿ ਸਕਦੇ, ਮੈਂ ਕਹੂੰਗਾ ਕਿ ਸਾਡੇ ਕੋਲੋਂ ਗਲਤੀ ਹੋ ਗਈ ਕਿ ਅਸੀਂ ਇੰਨੇ ਚਿਰ ਬਾਅਦ ਤੁਹਾਡੇ ਦਰਸ਼ਨ ਕੀਤੇ ਆ, ਕਿਉਂਕਿ ਚਾਹੀਦਾ ਸਾ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਕੰਮ ਆ ਉਹ ਤੁਹਾਡੇ ਰੂਬਰੂ ਕਰਨਾ ਚਾਹੀਦਾ ਸੀਗਾ ਕਿ ਤੁਹਾਨੂੰ ਅਸੀਂ ਲੈ ਕੇ ਆਉਂਦੇ ਸਟੂਡੀਓ ਵਿੱਚ। ਬੇਸ਼ੱਕ ਆਪਾਂ ਇੱਕ ਦੋ ਇੰਟਰਵਿਊ ਕੀਤੀਆਂ ਵੀ ਹੈਗੀਆਂ ਲਾਈਵ ਸਟੂਡੀਓ ਦੇ ਵਿੱਚ, ਪਰ ਰੋਲ ਐਕਸ਼ਨ ਦੇ ਵਿੱਚ ਪਹਿਲੀ ਵਾਰੀ ਬਲਵੀਰ ਜੀ ਹੁਣੀ ਆਏ ਆ, ਅਤੇ ਬਹੁਤ ਕੁਛ ਜਾਣਨਾ ਇਹਨਾਂ ਦੇ ਕੋਲੋਂ ਸਾਨੂੰ ਹੈਗਾ ਆ ਕਿ ਕੀ ਕਿੱਦਾਂ ਦਾ ਉਹ ਸਮਾਂ ਸੀਗਾ 1967। ਮੈਂ ਕਹਿੰਦਾ ਵੀ ਉਦੋਂ ਸਾਡਾ ਬਾਪੂ ਵੀ ਕਿਤੇ ਮੇਰਾ ਖਿਆਲ ਵੀ ਕੱਛੇ 'ਚ ਤੁਰਿਆ ਫਿਰਦਾ ਹੋਣਾ ਜੇ ਸਹੀ ਗੱਲ ਕਰੀਏ, ਅਤੇ ਸਾਡੇ ਤਾਂ ਜੰਮਣ ਦੀ ਬਹੁਤ ਦੂਰ ਦੀ ਗੱਲ ਆ। ਅਤੇ ਇਹੋ ਜਿਹੀਆਂ ਗੱਲਾਂ, ਅਤੇ ਇਹ ਗਰੁੱਪ ਜਿਹੜਾ ਆ 1967 ਦੇ ਵਿੱਚ ਸਟਾਰਟ ਹੋਇਆ, ਅਤੇ ਅੱਜ 50ਵੀਂ ਵਰ੍ਹੇਗੰਢ ਜਿਹੜੀ ਆ ਪਿਛਲੇ ਸਾਲ ਮਨਾਈ, ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਸਭ ਤੋਂ ਪਹਿਲਾਂ ਤਾਂ। ਬਹੁਤ ਬਹੁਤ ਮਿਹਰਬਾਨੀ। ਅਤੇ ਬਿਲਕੁਲ ਬਲਵੀਰ ਜੀ, ਸਭ ਤੋਂ ਪਹਿਲਾਂ ਥੋੜ੍ਹਾ ਬਹੁਤਾ ਤੁਹਾਡੇ ਬਾਰੇ ਕਿ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਜਾਂ ਕਿੱਦਾਂ ਵੀ ਕੀ ਸਾਰਾ ਕੁਛ ਆ? ਹਾਂਜੀ, ਸਾਡਾ ਪਿੰਡ ਖਾਨਪੁਰ ਆ, ਅਪਰੇ ਅਤੇ ਫਲੋਰ ਦੇ ਲਾਗੇ ਹੈਗਾ, ਅਤੇ ਤਿੰਨ ਭਰਾ ਆਇਆ ਸੀ, ਅਤੇ ਸਾਨੂੰ ਮਤਲਬ ਮਿਊਜ਼ਿਕ ਦਾ ਬੜਾ ਸ਼ੌਕ ਸੀਗਾ। ਅੱਛਾ। ਸਾਡਾ ਭਰਾ ਜਿਹੜਾ ਇੰਡੀਆ ਵਿੱਚ ਆ, ਉਹ ਦੋ ਭਰਾ ਸੀ ਇੱਥੇ ਆ, ਹਾਂਜੀ, ਅਤੇ ਉਹ ਬੈਂਜੋ ਵਜਾਉਂਦਾ ਹੁੰਦਾ ਸੀਗਾ। ਅੱਛਾ। ਅਤੇ ਅਪਰੇ ਤੋਂ ਉਹਨੇ ਕਿੱਸੇ ਲੈ ਕੇ ਆਉਣੇ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਵਾਲ, ਸੱਸੀ ਪੁੰਨੂ, ਅਤੇ ਹੀਰ ਵਾਰੇ ਸ਼ਾਹ, ਢਾਡੀਆਂ ਦੀ ਮੰਗ, ਅਤੇ ਕਿੱਸਾ ਇਹ ਕਿਸੇ ਲਿਆ ਕੇ ਤਾਂ ਉਹਨੇ ਘਰ ਵਿੱਚ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਗਾਉਂਦੇ ਹੁੰਦੇ ਸੀ ਘਰ ਵੀ, ਇੱਕ ਸਮਝੋ ਕਿ ਛੋਟਾ ਜਿਹਾ ਇੱਕ ਜਥਾ ਸੀਗਾ, ਅਤੇ ਉਹਨੂੰ ਬੜੇ ਭਰਾ ਨੂੰ ਬਹੁਤ ਜ਼ਿਆਦਾ ਸ਼ੌਕ ਸੀਗਾ, ਅਤੇ ਅਸੀਂ ਮਤਲਬ ਘਰ ਵੀ ਅਤੇ ਗੁਰਦੁਆਰੇ ਵੀ ਕਾਫੀ ਪਹਿਲਾਂ ਉੱਥੇ ਪ੍ਰੋਗਰਾਮ ਕਰਦੇ ਹੁੰਦੇ ਸੀਗੇ। ਅੱਛਾ ਜੀ। ਅਤੇ ਦੋਹਾਂ ਭਰਾਵਾਂ ਨੂੰ ਬਹੁਤ ਸ਼ੌਕ ਸੀਗਾ, ਅਤੇ ਅਸੀਂ 1964 ਵਿੱਚ ਇੰਗਲੈਂਡ ਵਿੱਚ ਆਏ ਸਾਡੀ ਫੈਮਿਲੀ। ਅੱਛਾ ਜੀ। ਅਤੇ ਉੱਥੋਂ ਮਤਲਬ ਇਹ ਸਾਨੂੰ ਬੜਾ ਸ਼ੌਕ ਪਹਿਲਾਂ ਸੀਗਾ, ਜਿਹੜੇ ਜਮਲ ਜੱਟ ਦੇ ਗਾਣੇ ਸੀ ਗਾਉਣੇ, ਜਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਗਾਣੇ ਗਾਉਣੇ। ਹਾਂਜੀ। ਅਤੇ ਉਹ ਮਤਲਬ ਉਹ ਸਾਰਾ ਜਿੰਨਾ ਵੀ ਪੰਜਾਬੀ ਮਿਊਜ਼ਿਕ ਸੀਗਾ, ਜਿੰਨਾ ਵੀ ਪੰਜਾਬੀ ਫੋਕ ਸੀਗਾ, ਉਹ ਸਾਡੇ ਜਿਹਨ ਵਿੱਚ ਵਸਿਆ ਸੀ, ਉਹਨੂੰ ਉਸੇ ਤਰ੍ਹਾਂ ਅਸੀਂ ਉਹ ਰੂਬਰੂ ਲਿਆ ਕੇ ਇੰਗਲੈਂਡ ਵਿੱਚ ਲੈ ਆਉਂਦਾ। ਪੰਜਾਬ ਦੀ ਧਰਤੀ ਜਦੋਂ ਆਪਾਂ ਛੱਡ ਕੇ ਆਉਂਦੇ ਹਾਂ ਤਾਂ ਆਪਣੇ ਕੋਲ ਜਦੋਂ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਸਟੇਬਲ ਕਰਨਾ ਹੀ ਬਹੁਤ ਔਖਾ ਹੁੰਦਾ ਆ। ਹਾਂਜੀ। ਅਤੇ ਉਦੋਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਇਹ ਫੁਰਨਾ ਕਿੱਦਾਂ ਫੁਰਿਆ? ਸਭ ਤੋਂ ਪਹਿਲਾਂ ਕਿ ਇੱਥੇ ਆ ਕੇ ਤੁਸੀਂ ਕੀ ਕੰਮ ਕੀਤਾ, ਕਿੱਦਾਂ ਕੁ ਸਟਰਗਲ ਕੀਤਾ, ਅਤੇ ਫਿਰ ਮੁੜ ਕੇ, ਕਿਉਂਕਿ ਜਦੋਂ ਘਰ ਦੇ ਘਰ ਬੱਝ ਜਾਂਦਾ ਫਿਰ ਹੀ ਬੰਦਾ ਸੋਚਦਾ ਕਿ ਹੁਣ ਥੋੜ੍ਹਾ ਬਹੁਤਾ ਇਹ ਤੋਂ ਇਲਾਵਾ ਕੁਛ ਹੋਰ ਕੀਤਾ ਜਾਵੇ। ਸੋ ਕਿੱਦਾਂ ਇਸ ਮਿਊਜ਼ਿਕ ਦੇ ਨਾਲ ਜੁੜਨਾ, ਕਿੱਦਾਂ ਸੋਚਿਆ ਕਿ ਗਰੁੱਪ ਬਣਾਇਆ ਜਾਵੇ ਸਾਰਾ ਕੁਛ? ਅਸੀਂ ਮਤਲਬ ਜਿਹੜੀ ਜਦੋਂ ਮੈਂ ਸੱਤੀ ਇੰਡੀਆ ਤੋਂ ਆਇਆ ਸੀ, ਤੂੰਬੀ ਨਾਲ ਲੈ ਕੇ ਆਇਆ ਸੀ। ਅੱਛਾ ਜੀ। ਤੂੰਬੀ ਮੇਰੇ ਟੈਚੀ ਵਿੱਚ ਸੀਗੀ, ਉਹ ਹਜੇ ਵੀ ਮੇਰੇ ਕੋਲ ਪਈ ਆ। ਠੀਕ ਹੈ ਜੀ। ਅਤੇ ਉਹ ਮਤਲਬ ਗਾਉਣ ਦਾ ਸ਼ੌਕ ਪਹਿਲਾਂ ਤੋਂ ਸੀਗਾ, ਅਤੇ ਅਸੀਂ ਜਦੋਂ ਸਮੈਦਿਕ ਗੁਰਦੁਆਰੇ ਆਏ, ਸਾਡੇ ਬੜੇ ਭਰਾ ਅਜਮੇਰ ਸਿੰਘ ਖਾਨਪੁਰ, ਸਾਡੇ ਤਾਏ ਦਾ ਮੁੰਡਾ ਸੀਗਾ, ਉਹਨੂੰ ਵੀ ਕਾਫੀ ਸ਼ੌਕ ਸੀਗਾ ਸ਼ਾਇਰ ਓ ਸ਼ਾਇਰੀ ਦਾ, ਉਹਨੇ ਗੁਰਦੁਆਰੇ ਸਾਨੂੰ ਟਾਈਮ ਦਵਾਇਆ 1964 ਵਿੱਚ। ਅੱਛਾ। ਅਤੇ ਉੱਥੇ ਅਸੀਂ ਮਤਲਬ ਗੁਰਦੁਆਰੇ ਆਣ ਕੇ ਸ਼ਬਦ ਵਗੈਰਾ ਪੜ੍ਹਦੇ ਹੁੰਦੇ ਸੀ, ਅਤੇ ਉੱਥੇ ਸੀਗਾ ਪੰਜਾਬੀ ਸਕੂਲ, ਬੱਚਿਆਂ ਦਾ ਸਕੂਲ ਪੰਜਾਬੀ ਸਿਖਾ ਲੈਣ ਦਾ, ਸਾਡੇ ਦਰਸ਼ਨ ਸਿੰਘ ਭੋਗਲ ਜੀ, ਉਹ ਮਤਲਬ ਬੱਚਿਆਂ ਨੂੰ ਪੰਜਾਬੀ ਸਿਖਾਲਦੇ ਸੀਗੇ, ਅਤੇ ਉਹਦੇ ਵਿੱਚ ਅਸੀਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ। ਇੰਡੀਆ 'ਚ ਵੀ ਥੋੜ੍ਹੇ ਜਿਹੇ ਪੜ੍ਹੇ ਸੀਗੇ, ਇੱਥੇ ਆਣ ਕੇ ਮਤਲਬ ਅਸੀਂ ਸਮੈਦ ਗੁਰਦੁਆਰੇ ਤੋਂ ਪੰਜਾਬੀ ਸ਼ੁਰੂ ਕੀਤੀ, ਸਿੱਖਣੀ ਸ਼ੁਰੂ ਕੀਤੀ। ਇੱਥੇ ਆਪਣੇ ਸਮੈਦ ਗੁਰਦੁਆਰੇ ਸਟੇਜ 'ਤੇ ਅਸੀਂ ਮਤਲਬ ਸ਼ਬਦ ਗਾਉਣੇ, ਧਾਰਮਿਕ ਗੀਤ ਗਾਉਣੇ, ਉੱਥੋਂ ਸ਼ੁਰੂਆਤ ਕੀਤੀ। ਇੱਕ ਦਰਸ਼ਨ ਸਿੰਘ ਭੋਗਲ ਦੇ ਬਹੁਤ ਪਸੰਦ ਆ, ਉਹ ਦੇਖਦੇ ਹੋਣਗੇ ਸ਼ਾਇਦ, ਅਤੇ ਉਹਨਾਂ ਦੇ ਮੈਂ ਪਸੰਦ ਵਾਸਤੇ ਦੋ ਕਲਾਈਨਾਂ ਪੇਸ਼ ਕਰਾਂ। ਮੈਂ ਕਿਹਾ ਜੀ ਇੱਦਾਂ ਹੈ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਤੁਹਾਡਾ ਆ, ਮੈਂ ਤਾਂ ਸਿਰਫ ਤੁਹਾਡੇ ਨਾਲ ਇੱਕ ਮਾੜਾ ਜਿਹਾ ਸਾਥ ਦੇਣ ਨੂੰ ਬੈਠਾ ਹਾਂ, ਜੋ ਜੋ ਤੁਹਾਡੇ ਦਿਲ ਦੇ ਵਿੱਚ ਆਉਂਦਾ ਅੱਜ ਆਪਾਂ ਦਰਸ਼ਕਾਂ ਦੇ ਰੂਬਰੂ ਕਰਦੇ ਜਾਣਾ ਆ, ਸੋ ਤੁਸੀਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ। ਹਾਂਜੀ।
ਭਾਈ ਕਨਈਆ ਜੀ ਦਾ ਦਿਹਾੜਾ ਮਨਾ ਰਿਹਾ ਸਾਰੀ ਦੁਨੀਆ ਵਿੱਚ, ਹਾਂਜੀ ਹਾਂਜੀ ਉਹਨਾਂ ਵਾਸਤੇ ਮੈਂ 4 ਕਲੈਂਡਰ ਲਿਆ ਸੀ। ਉਹ ਉਦੋਂ ਮਤਲਬ ਉਸ ਜ਼ਮਾਨੇ ਵਿੱਚ ਹੀ ਗਾਇਆ ਕਰਦੇ ਸਨ ਅੱਛਾ ਔਰ ਜੀ ਅਸੀਂ ਰਿਕਾਰਡ ਵੀ ਕਰਾਇਆ ਸੀ। ਠੀਕ ਹੈ ਉਹ ਇਸ ਤਰ੍ਹਾਂ ਕਿ 10ਵੀਂ ਪਾਤਸ਼ਾਹੀ ਜਦੋਂ ਜੰਗ ਯੁੱਧ ਵਿੱਚ ਇਹ ਭਾਈ ਕਨਈਆ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਮਤਲਬ ਜ਼ਖਮੀਆਂ ਨੂੰ ਪਾਣੀ ਪਿਲਾਉਣਾ, ਉਹ ਹਾਂਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਹੇ ਸੀ ਜੀ ਜੀ ਅਤੇ ਉਹ ਮਤਲਬ ਉਹਦੀ ਸ਼ਿਕਾਇਤ ਹੋਈ 10ਵੀਂ ਪਾਤਸ਼ਾਹ ਨੇ ਉਹਨੂੰ ਬੁਲਾਇਆ ਅਤੇ ਉਹ ਕਿਸ ਤਰ੍ਹਾਂ ਜਵਾਬ ਦਿੰਦਾ ਇਸ ਆਪ ਗੀਤ ਵਿੱਚ ਆਪ ਪੇਸ਼ ਕਰਦੀ। ਹਾਂਜੀ ਮੈਂ ਕਿਸ ਨੂੰ ਪਿਲਾਵਾਂ ਨਾ ਪਾਣੀ, ਰੂਪ ਤੇਰਾ ਸਾਰੇ ਦਿਸਦੇ। ਮੈਂ ਕਿਸ ਨੂੰ ਪਿਲਾਵਾਂ ਨਾ ਪਾਣੀ, ਰੂਪ ਤੇਰਾ ਸਾਰੇ ਦਿਸਦੇ। ਹਰ ਇੱਕ ਵਿੱਚ ਦਾਤਾ ਤੇਰਾ ਹੀ ਨੂਰ ਦਿਸੇ, ਜਿੱਧਰ ਵੀ ਦੇਖਾਂ ਤੂੰ ਹੀ ਹਜ਼ੂਰ ਦਿਸੇ। ਪਾਣੀ ਪੀ ਕੇ ਮਿਲੇ ਜ਼ਿੰਦਗਾਨੀ, ਰੂਪ ਤੇਰਾ ਸਾਰੇ ਦਿਸਦੇ। ਮੈਂ ਕਿਸ ਨੂੰ ਪਿਲਾਵਾਂ ਨਾ ਪਾਣੀ, ਰੂਪ ਤੇਰਾ ਸਾਰੇ ਦਿਸਦੇ। ਬਿਲਕੁਲ ਜੀ ਬਿਲਕੁਲ ਭਾਈ ਘਨੱਈਆ ਜੀ ਵਾਲੀ ਸੇਵਾ ਭਾਵਨਾ ਤਾਂ ਹਾਂਜੀ ਕਿਸੇ ਮਿਸਾਲ ਕਿਸੇ ਨਹੀਂ ਵਿੱਚ ਮਿਲਦੀ ਤੁਸੀਂ ਬਿਲਕੁਲ ਜੀ ਮਿਸਾਲ ਨਹੀਂ ਮਿਲਦੀ ਹੈਗੀ ਅਤੇ ਬਿਲਕੁਲ ਅਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਅੱਜ ਮੈਂ ਕਹਿੰਦਾ ਵੀ ਵਿਆਹਾਂ ਸ਼ਾਦੀਆਂ ਦੇ ਉੱਤੇ ਜਦੋਂ ਵਿਆਹਾਂ ਸ਼ਾਦੀਆਂ ਦਾ ਇੱਥੇ ਮਾਹੌਲ ਚੱਲਿਆ ਤਾਂ ਕੋਈ ਇਹੋ ਜਿਹੇ ਵਿਹੜਾ ਹੋਊਗਾ ਜਦੋਂ ਭਜੰਗੀ ਗਰੁੱਪ ਦਾ ਨਾਂ, ਭਜੰਗੀ ਗਰੁੱਪ ਦੇ ਗਾਣੇ, ਸਾਰਾ ਕੁਛ ਨਾ ਵੱਜਿਆ ਹੋਊਗਾ। ਸੋ ਇਸ ਗਰੁੱਪ ਨੂੰ ਲੈ ਕੇ ਕਿੱਦਾਂ ਸੋਚਿਆ ਕਿ ਇੱਕ ਗਰੁੱਪ ਬਣਾਇਆ ਜਾਵੇ ਕਿ ਇਸ ਤਰ੍ਹਾਂ? ਇਹ ਮਤਲਬ ਅਸੀਂ ਜਦੋਂ ਕਲਾਸ ਸਕੂਲੇ ਪੜ੍ਹਦੇ ਹੁੰਦੇ ਸੀ ਪੰਜਾਬੀ ਸਕੂਲੇ, ਅੱਛਾ ਜੀ, ਤੇ ਉੱਥੇ ਸੰਡੇ ਦੀਵਾਨ ਤੋਂ ਬਾਅਦ ਦਰਸ਼ਨ ਭੋਗਲ ਬੱਚਿਆਂ ਨੂੰ ਸਟੇਜ ਤੇ ਕਵਿਤਾ ਪੜ੍ਹਨੀ, ਸ਼ਬਦ ਪੜ੍ਹਨੇ ਸਿਖਾਉਂਦੇ ਹੁੰਦੇ ਸੀ। ਅੱਛਾ ਜੀ। ਤੇ ਇੱਕ ਦਿਨ ਦਰਸ਼ਨ ਸਿੰਘ ਭੋਗਲ ਨੇ ਸੋਚਿਆ ਕਿ ਬੱਚਿਆਂ ਦਾ ਜਥਾ ਬਣਾ ਕੇ ਅਸੀਂ ਸੰਗਤ ਦੇ ਮੂਹਰੇ ਪੇਸ਼ ਕਰੀਏ। ਠੀਕ ਹੈ ਜੀ। ਉਹਨਾਂ ਨੇ 3-4 ਮੁੰਡੇ ਇਕੱਠੇ ਕੀਤੇ, ਲੜਕੀਆਂ ਦਾ ਵੀ ਜਥਾ ਸੀਗਾ, ਬੱਚਿਆਂ ਮੁੰਡਿਆਂ ਦਾ ਵੀ ਜਥਾ ਸੀ। ਜਦੋਂ ਸੰਡੇ ਵਾਲੇ ਦਿਨ ਉਹਨੇ ਜਥਾ ਪੇਸ਼ ਕੀਤਾ ਤੇ ਉਹ ਸਾਰੀ ਸੰਗਤ ਕਹਿਣ ਲੱਗੇ ਵੀ ਬੱਚਿਆਂ ਦਾ ਜਥਾ, ਬੱਚੇ ਨੂੰ ਆਪਣੇ ਸਿੱਖ ਧਰਮ ਵਿੱਚ ਭਜੰਗੀ ਕਹਿੰਦੇ ਆ। ਬਿਲਕੁਲ ਹਾਂਜੀ, ਹੈ ਭਜੰਗੀ ਕਹਿੰਦੇ ਬੱਚੇ ਨੂੰ। ਜੀ ਉਹ ਕਹਿੰਦੇ ਵੀ ਭਜੰਗੀਆਂ ਦਾ ਜਥਾ ਆ ਗਿਆ, ਭਜੰਗੀ ਜਥਾ ਆ ਗਿਆ ਤੇ ਸਾਡਾ ਨਾਂ ਉੱਥੋਂ ਭਜੰਗੀ ਪੈ ਗਿਆ। ਆਹ ਕੀ ਬਾਤ ਆ। ਸੰਗਤ ਨੇ ਸਾਨੂੰ ਇਹ ਨਾਮ ਦਿੱਤਾ। ਉੱਥੋਂ ਅਸੀਂ ਮਤਲਬ ਇਹ ਭਜੰਗੀ ਜਥਾ ਸ਼ੁਰੂ ਕੀਤਾ 1967 ਵਿੱਚ। ਹਾਂਜੀ। ਅਸੀਂ ਉਹ ਜਥਾ ਪ੍ਰੋਪਰ ਸ਼ੁਰੂ ਕਰਕੇ ਫਿਰ ਸਟੇਜਾਂ 'ਤੇ ਗਾਉਣਾ, ਦੂਸਰੇ ਗੁਰਦੁਆਰਿਆਂ ਵਿੱਚ ਵੀ ਜਾਂਦੇ ਰਹੇ ਅਤੇ 1969 ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ 500 ਸਾਲ ਅਵਤਾਰ ਦਿਹਾੜਾ ਆਇਆ। ਅੱਛਾ ਜੀ। ਅਤੇ ਉੱਥੇ ਬਲੈਕ ਐਂਡ ਵਾਈਟ ਟੈਲੀਵਿਜ਼ਨ ਉੱਤੇ 1969 ਵਿੱਚ ITV ਹੁੰਦਾ ਸੀ, ਹੁਣ ਤਾਂ ਚੈਨਲ ਬਹੁਤ ਹੋ ਗਏ ਆਪਣੇ, ਹੈਗੇ ਨੇ ਬਿਲਕੁਲ ਜੀ ਬਿਲਕੁਲ, ਇਹ ਬਹੁਤ ਚੈਨਲ ਹੈਗੇ ਅਤੇ ਬਲੈਕ ਐਂਡ ਵਾਈਟ ਟੈਲੀਵਿਜ਼ਨ 'ਤੇ 1969 ਵਿੱਚ ਦਰਸ਼ਨ ਸਿੰਘ ਭੋਗਲ ਨੇ ਸਾਨੂੰ ਜਥਾ ਪੇਸ਼ ਕੀਤਾ ਔਰ ਰਾਤੋਂ ਰਾਤ ਭਜੰਗੀ ਸਟਾਰ ਬਣ ਗਿਆ। ਕਿਆ ਬਾਤ ਹੈ, ਕਿਆ ਬਾਤ ਆ। ਅਤੇ ਮੈਂ ਕਹਿੰਦਾ ਕਿ ਇੱਕ ਬਹੁਤ ਵੱਡੀ ਉਪਲਬਧੀ ਆ ਕਿ ਵਿਦੇਸ਼ਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੈੱਟ ਕਰਨਾ, ਪੰਜਾਬੀ ਸੰਗੀਤ ਨੂੰ ਹਾਂਜੀ ਇਸ ਮਿਆਰ ਦੇ ਉੱਤੇ ਲੈ ਜਾਣਾ ਕਿ ਆਪਣੇ ਦਾ ਕੀ ਗੋਰੇ ਵੀ ਇਸ ਤਾਲ ਦੇ ਉੱਤੇ ਨੱਚਣ। ਸੱਤੀ ਜਦੋਂ ਅਸੀਂ ਮਤਲਬ ਪਹਿਲਾਂ ਪਹਿਲਾਂ ਆਏ ਨਾ, ਜਿੰਨੇ ਵੀ ਮਤਲਬ ਜਮਲੇ ਦੇ ਗਾਣੇ ਸੀਗੇ ਅਤੇ ਉਹ ਮਤਲਬ ਅਸੀਂ ਪੱਬਾਂ ਵਿੱਚ ਗਾਉਣੇ, ਜਿੱਥੇ ਮਤਲਬ ਲੋਕ ਇਕੱਠੇ ਕੰਮ ਤੋਂ ਹੁਣ ਫਾਉਂਡਰੀਆਂ ਦੇ ਕੰਮ ਸੀਗੇ, ਅਸੀਂ ਫਾਉਂਡਰੀ 'ਚ ਦੋਨੇ ਭਰਾ ਫਾਉਂਡਰੀ 'ਚ ਹੀ ਕੰਮ ਕਰਦੇ ਸੀ, ਡਾਟਮਸ ਰੋਡ 'ਤੇ ਇੱਥੇ ਬਾਰਮੂਲੇ ਵਿੱਚ। ਅੱਛਾ ਜੀ। ਅਤੇ ਉੱਥੇ ਕੰਮ ਕਰਦੇ ਸੀਗੇ ਅਤੇ ਜਦੋਂ ਰਾਤ ਸ਼ਾਮ ਨੂੰ ਆਉਣਾ, ਲੋਕਾਂ ਥੱਕੇ ਟੁੱਟਿਆਂ ਨੇ ਆਉਣਾ, ਸਾਰਾ ਰੂਮ ਭਰਿਆ ਹੋਣਾ ਅਤੇ ਉਹਨੇ ਕਹਿਣਾ ਵੀ ਚਲੋ ਵੀ ਬਲਵੀਰ ਕੋਈ ਗਾਣਾ ਸੁਣਾ ਦੇ। ਅੱਛਾ ਜੀ। ਅਤੇ ਫਿਰ ਮਤਲਬ ਕਿਉਂਕਿ ਅਸੀਂ ਕੰਮ ਇਹੋ ਜਿਹਾ ਕਰਦੇ ਸੀਗੇ ਤੇ ਇਹ ਗੀਤ ਮੈਂ ਆਜ਼ਾਦ ਹੋ ਕੇ ਪੇਸ਼ ਕਰਾਂ ਤੇ ਜੋ ਅਸੀਂ ਉਸ ਜ਼ਮਾਨੇ ਵਿੱਚ ਲਿਖਿਆ ਸੀਗਾ ਤੇ ਉਹ ਮਤਲਬ ਕੰਮ ਦਾ ਆ ਕਿ ਮੈਨੂੰ 12 ਦੀ ਜੋਬ ਮਿਲੀ ਤੇ ਜਦੋਂ 12ਵੇਂ ਤੋਂ ਧੱਕ ਨਾ ਹੋਇਆ ਤੇ ਮੈਂ ਫਿਰ ਉਹਦੇ ਉੱਤੇ ਗਾਣਾ ਲਿਖਿਆ। ਓਏ ਓਏ, ਕਿਉਂਕਿ ਦੇਖੋ 1967 ਤੇ ਜਿਹੜਾ ਉਹ ਸਮਾਂ ਸੀਗਾ ਕਾਫੀ ਸਟਰਗਲ ਵਾਲਾ ਵੀ ਸੀਗਾ ਤੇ ਸਪੈਸ਼ਲੀ ਜਦੋਂ ਆਪਾਂ, ਹੁਣ ਤਾਂ ਕਾਫੀ ਜਿਹੜੀ ਲਾਈਫ ਵੀ ਈਜ਼ੀ ਹੋ ਗਈ ਆ, ਮਸ਼ੀਨਰੀ ਨੇ ਕਰ ਦਿੱਤੀ ਆ, ਸਾਇੰਸ ਨੇ ਕਰ ਦਿੱਤੀ ਆ, ਪਰ ਜਦੋਂ ਤੁਸੀਂ ਜਦੋਂ ਦੀ ਤੁਸੀਂ ਗੱਲ ਕਰਦੇ ਆ ਹੱਥੀਂ ਮਿਹਨਤਾਂ, ਦੇਖੋ ਜੀ ਨਾ ਤਾਂ ਓਵਰਆਲ ਹੁੰਦੇ ਸੀ, ਨਾ ਸ਼ੂ ਹੁੰਦੇ ਸੀ, ਨਾ ਗਲਬਸ ਹੁੰਦੇ ਸੀ। ਅੱਛਾ ਜੀ। ਆਪਣੇ ਨੋਰਮਲ ਕੱਪੜੇ ਪਾ ਕੇ ਕਈ ਵੀ ਢਾਲ ਦਾ ਛਿੱਟਾ ਪੈ ਜਾਣਾ ਤੇ ਮਤਲਬ ਸਾਰੇ ਸਰੀਰ ਦੇ ਉੱਤੇ ਲੂਦਾ ਜਾਂਦਾ ਹੁੰਦਾ, ਲੂਦਾ ਜਾਂਦਾ ਬਿਲਕੁਲ। ਤੇ ਅਸੀਂ ਮਤਲਬ ਇਹ ਉਹ ਚੀਜ਼ਾਂ ਫਾਉਂਡਰੀ ਵਿੱਚ ਇਹ ਹੰਡਾਈਆਂ ਆਪਣੇ ਆਪਣੇ ਸਰੀਰ ਉੱਤੇ। ਅੱਛਾ ਜੀ। ਤੇ ਉਹ ਜਦੋਂ 12 ਮੈਂ ਧੱਕਿਆ ਤਾਂ ਮੇਰੇ ਤੋਂ ਧੱਕਣਾ ਹੋਇਆ ਤੇ ਉੱਥੇ ਫਿਰ ਮੈਂ ਗੀਤ ਲਿਖਿਆ। ਅੱਛਾ ਜੀ। ਮੈਤੋਂ 12 ਧੱਕਿਆ ਨਾ ਜਾਵੇ, ਮੈਤੋਂ 12 ਧੱਕਿਆ ਨਾ ਜਾਵੇ, ਫੋਰਮੈਨ ਕਹਿੰਦਾ ਛੇਤੀ ਛੇਤੀ 12 ਧੱਕ ਓਏ, ਮੇਰਾ 12 ਧੱਕ ਦੇ ਦਾ ਟੁੱਟ ਗਿਆ ਲੱਕ ਓਏ, ਪਾਲਾ ਵੱਡ ਵੱਡ ਹੱਡਾਂ ਨੂੰ ਖਾਵੇ, ਮੈਤੋਂ 12 ਧੱਕਿਆ ਨਾ ਜਾਵੇ।
आया जां बलैत नू ते मैनू बड़ा चा सी, आया जां बलैत नू ते मैनू बड़ा चा सी, मैनू की पता सी मेरा हाल होना आसी। चंगी दुख दस किस नू सुनावे, मैं तो बारा तकिया ना जावे। सही गल है, पर जिहड़ी ताकत तुसी पाई है पंजाबी संगीत नू, मैं कहना कोई कोई पा के इस मुकाम ते पहुंचा। ते इहदे लई इह आ कि पंजाबी म्यूजिक अज इंग्लैंड दी धरती दे विच जे स्टेबल आ, जे अज पंजाबी इंडस्ट्री दा जे गढ़ आ, ਉਹ ਤੁਹਾਡੇ ਗਰੁੱਪਾਂ ਕਰਕੇ ਆ। ਹਾਂਜੀ ਹਾਂਜੀ, ਮਨ ਬਹੁਤ ਸਾਰੇ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ, ਆਪਣਾ ਸੰਗੀਤ ਸਾਰੇ ਜਿਹੜੇ ਗਰੁੱਪ ਬਿਲਕੁਲ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੀ। ਅਤੇ ਮਤਲਬ ਅਸੀਂ ਜਦੋਂ ਇਹ ਪਹਿਲਾਂ ਸ਼ੁਰੂਆਤ ਕੀਤੀ, ਅਸੀਂ ਮਤਲਬ ਸਾਡੇ ਕੋਲ ਪੈਸੇ ਵੀ ਹੈ ਨਹੀਂ ਸੀ, ਕਾਰ ਵੀ ਹੈ ਨਹੀਂ ਸੀ, ਅਸੀਂ ਗੱਡੀਆਂ ਟਰੈਵਲ ਕਰਦੇ ਹੁੰਦੇ ਟ੍ਰੇਨਾਂ ਵਿੱਚ ਜਾਂ ਬੱਸਾਂ ਵਿੱਚ। ਅੱਛਾ ਜੀ। ਅਸੀਂ ਲੰਡਨ ਗਏ ਆਕਸਬ੍ਰਿਜ ਵਿੱਚ, ਉੱਥੇ ਸੁਖੀਅਨ ਗੁਰਨਾਮ ਦੋ ਪਾਰਟਨਰ ਹੁੰਦੇ ਸੀ, ਉਹਨਾਂ ਨੇ ਸਾਡੀ ਰਿਕਾਰਡਿੰਗ ਕੀਤੀ। 4 ਟਰੈਕ ਦੀ ਟੇਪ ਹੁੰਦੀ ਸੀ। ਅੱਛਾ ਜੀ। ਅਤੇ ਅੱਜ ਕੱਲ੍ਹ ਹੁਣ 16 ਟਰੈਕ ਦੇ, 24 ਟਰੈਕ ਦੇ ਹੈਗੇ ਸਟੂਡੀਓ ਆ। 4 ਟਰੈਕ ਦੀ ਟੇਪ ਉੱਤੇ ਅਸੀਂ 4 ਗਾਣੇ ਰਿਕਾਰਡ ਕੀਤੇ ਔਰ ਉਹਨਾਂ ਨੂੰ ਉਸ ਜ਼ਮਾਨੇ ਵਿੱਚ ਅਸੀਂ ਅਤੇ ਪੱਬਾਂ ਵਿੱਚ ਡਿਸਟ੍ਰੀਬਿਊਟ ਕੀਤੇ, ਜਿੱਥੋਂ ਜਾਣੀ ਪੰਜਾਬੀ ਆਦਿ ਸ਼ੁਰੂਆਤ ਕੀਤੀ। ਕਦੇ ਨਾ ਕਦੇ ਇੱਦਾਂ ਨਹੀਂ ਲੱਗਦਾ ਕਿ ਉਸ ਟਾਈਮ ਦੇ ਉੱਤੇ ਜੇ ਸੋਸ਼ਲ ਮੀਡੀਆ ਹੁੰਦਾ ਤਾਂ ਸਾਡੀ ਅੱਜ ਗੱਲ ਹੋਰ ਹੋਣੀ ਸੀਗੀ ਜਾਂ ਕਿੱਦਾਂ? ਦੇਖੋ ਜੀ, ਉਦੋਂ ਸੋਸ਼ਲ ਮੀਡੀਆ ਨਹੀਂ ਸੀ ਅਤੇ ਸਾਡਾ ਰੇਡੀਓ ਵੀ ਅੱਧਾ ਘੰਟਾ ਆਉਂਦਾ ਹੁੰਦਾ ਸੀ ਸੰਡੇ ਮੋਰਨਿੰਗ, ਆਪਣਾ ਹੀ ਗੱਲ ਸਮਝੀਏ, ਉਹ ਵੀ ਹਿੰਦੀ ਵਿੱਚ ਆਉਂਦਾ ਹੁੰਦਾ ਜੀ। ਅੱਛਾ ਜੀ। ਅਤੇ ਟੈਲੀਵਿਜ਼ਨ ਦਾ ਵੀ ਅੱਧਾ ਘੰਟਾ ਹੁੰਦਾ ਸੀ, ਉਹ ਵੀ ਲੇਟਰ ਸ਼ੁਰੂ ਹੋਇਆ, ਉਹ ਵੀ ਬਲੈਕ ਐਂਡ ਵਾਈਟ, ਅਤੇ ਆਪਣੇ ਰੇਡੀਓ 'ਤੇ ਗੱਲ ਹੀ ਦੂਰ ਆ। ਅਤੇ ਲੇਕਿਨ ਜੋ ਵੀ ਅਸੀਂ ਕੀਤਾ, ਅਸੀਂ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਹਰੇਕ ਗੁਰਦੁਆਰੇ ਵਿੱਚ ਅਸੀਂ ਪ੍ਰੋਗਰਾਮ ਪੇਸ਼ ਕੀਤੇ। ਕਿੱਥੇ ਵਿਆਹ ਸ਼ਾਦੀਆਂ ਸਾਡੇ ਕੋਲ ਇੰਸਟਰੂਮੈਂਟ ਦੀ ਸਾਜ਼ ਨਹੀਂ ਸੀ ਹੁੰਦੇ, ਅਸੀਂ ਮਤਲਬ ਪਹਿਲਾਂ ਤਾਂ ਉੱਦਾਂ ਹੀ ਤੂੰਬੀ ਨਾਲ ਗਾਣਾ ਗਾਉਂਦੇ ਸੀ, ਬੜੇ ਪਾਈ ਨੇ ਬਾਜਾ ਵਜਾ, ਇੱਦਾਂ ਢੋਕੀ ਵਜਾ ਦੇਣੀ। ਅੱਛਾ ਜੀ। ਇੱਦਾਂ ਹੀ ਓਕੇ ਹੈ। ਅਤੇ ਸ਼ੋਪਾਂ ਵਿੱਚ ਸੇਲ ਲੱਗ ਗਈ, ਵੇਖੇ ਆਈਆਂ ਹੈ ਪੰਜਾਬ ਦੀਆਂ ਜੱਟੀਆਂ, ਸ਼ੋਪਾਂ ਵਿੱਚ ਸੇਲ ਲੱਗ ਗਈ। ਮੈਂ ਇਸ ਤਰ੍ਹਾਂ ਗਾਉਣਾ ਸ਼ੁਰੂ ਕਰ ਦਿੰਦਾ, ਬੜੇ ਭਾਈ ਨੇ ਟੇਬਲ ਵਜਾਉਣਾ ਸ਼ੁਰੂ ਕਰ ਦੇਣਾ, ਸਾਡੇ ਕੋਈ ਸਾਜ਼ ਨਹੀਂ ਸੀ। ਅੱਛਾ ਜੀ। ਅਤੇ ਬਾਅਦ ਵਿੱਚ ਅਸੀਂ ਮਤਲਬ ਇੰਸਟਰੂਮੈਂਟ ਲਏ ਗੋਰਿਆਂ ਦੇ, ਗਿਟਾਰ ਲਈ ਅਤੇ ਡਰੰਮ ਲਏ, ਡਰੰਮ ਦਾ ਢੋਲਕੀ ਬਣਾ ਲਈ, ਕਿਉਂਕਿ ਉੱਥੇ ਸਾਜ਼ ਵੀ ਹੈ ਨਹੀਂ ਸੀਗਾ, ਨਾ ਕੋਈ ਸਾਨੂੰ ਸਿਖਾਲਣ ਵਾਲਾ ਸੀ, ਨਾ ਇਦਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਕਿ ਪੰਜਾਬ ਦੀ ਧਰਤੀ ਤੋਂ ਸਾਜ਼ ਮੰਗਾਏ ਜਾਣ ਜਾਂ ਉਦੋਂ ਦੁਕਾਨਾਂ ਵੀ ਹੈ ਨਹੀਂ ਸੀਗੀਆਂ, ਉਦੋਂ ਲੋਕੀ ਆਪਣੇ ਸੱਤੀ ਜਿਹੜੇ ਹੁਣ ਆਪਾਂ ਬੜੇ ਬੜੇ ਰੈਸਟੋਰੈਂਟ ਦੇਖਦੇ ਹਾਂ, ਬੜੇ ਬੜੇ ਵੇਅਰ ਹਾਊਸ ਦੇਖਦੇ ਹਾਂ, ਹਾਂਜੀ ਉਦੋਂ ਸੀਗਾ ਡੋਰ ਟੂ ਡੋਰ ਵੇਚਦੇ ਹੁੰਦੇ ਸੀ। ਠੀਕ ਹੈ ਜੀ। ਸਾਡੇ ਬੰਦੇ ਕਮੀਜ਼ਾਂ ਸਮਾਨ ਡੋਰ ਟੂ ਲੋਕਾਂ, ਇੰਗਲਿਸ਼ ਵੀ ਨਹੀਂ ਸੀ ਆਉਂਦੀ ਉਹਨਾਂ ਨੂੰ, ਫਿਰ ਵੀ ਡੋਰ ਟੂ ਡੋਰ ਵੇਚਦੇ ਹੁੰਦੇ ਸੀਗੇ। ਅਤੇ ਅਸੀਂ ਮਤਲਬ ਇਹ ਤੁਰ ਕੇ ਸਾਰਾ ਕੰਮ ਕੀਤਾ, ਉਦੋਂ ਪੈਸੇ ਹਨ ਸੀ, ਮੇਰੀ ਪਹਿਲੀ ਵੇਜਸ 5 ਪਾਉਂਡ ਸੀਗੀ, ਯਕੀਨ ਨਹੀਂ ਕਰਨਾ, ਜਦੋਂ ਮੈਂ ਸਕੂਲੋਂ ਨਿਕਲ ਕੇ ਕੰਮ 'ਤੇ ਲੱਗਾ ਨਾ, ਪਹਿਲੀ ਤਨਖਾਹ ਮੇਰੀ 5 ਪਾਉਂਡ ਸੀ। ਪਰ ਮੈਂ ਕਹਿੰਦਾ ਜੇ 1967 ਦੇ ਵਿੱਚ ਅਤੇ ਉਸ ਟਾਈਮ 'ਤੇ ਤਾਂ ਸ਼ਲਿੰਗਾਂ ਚੱਲਦੀਆਂ ਸੀਗੀਆਂ, ਅਤੇ ਉਹਦਾ ਬਹੁਤ ਮੈਂ ਕਹਿੰਦਾ ਵੀ ਮਾਇਨੇ ਰਖਾਉਂਦੇ ਸੀਗੇ, 5 ਪਾਉਂਡ। ਹਾਂਜੀ, 2 ਪਾਉਂਡ ਦਾ ਰਾਸ਼ਨ ਆਉਂਦਾ ਸੀਗਾ। ਕਿਆ ਬਾਤ ਹੈ, ਹੁਣ ਅੱਜ ਕੱਲ੍ਹ ਦੇਖ ਲਓ ਵੀ ਤੂੰ 100 ਪਾਉਂਡ ਤੋਂ 150 ਪਾਉਂਡ ਤੋਂ ਈਜ਼ੀ ਜੀ ਈਜ਼ੀ। ਹਾਂਜੀ, ਅਤੇ ਮਤਲਬ ਉਦੋਂ ਬੈਲਜੀ, ਇਹ ਹੁਣ ਪਤਾ ਨਹੀਂ ਲੋਕਾਂ ਨੇ ਖਾਣਾ ਜ਼ਿਆਦਾ ਕਰਤਾ ਜਾਂ ਮਹਿੰਗਾਈ ਹੋ ਗਈ ਆ, ਇਹ ਤੁਸੀਂ ਆਪੇ ਹਿਸਾਬ ਕਿਤਾਬ ਲਾ ਲਿਓ। ਅਤੇ ਉਹ ਤੋਂ ਬਾਅਦ 'ਚ ਜਿੱਦਾਂ ਰਿਕਾਰਡਿੰਗ ਹੋਈ 4 ਟਰੈਕ, ਹਾਂਜੀ, ਅਤੇ ਫਿਰ ਗਰੁੱਪ ਦੇ ਵਿੱਚ ਤੁਹਾਡੇ ਨਾਲ ਕਿਹੜੇ ਕਿਹੜੇ ਜਿਹੜੇ ਵੀਰ ਸੀਗੇ ਜਿਨ੍ਹਾਂ ਨੇ ਤੁਹਾਡੇ ਨਾਲ ਸਾਥ ਦਿੱਤਾ ਸਾਜ਼ਾਂ ਦੇ ਉੱਤੇ, ਅਤੇ ਫਿਰ ਗਰੁੱਪ ਆਪਣੇ ਆਪ ਦੇ ਵਿੱਚ ਇੱਕ ਆਪ ਮੁਹਾਰੇ ਚੜ੍ਹ ਕੇ ਕਦੋਂ ਬੋਲਿਆ? ਹਾਂਜੀ, ਇਹ ਮਤਲਬ ਉਦਾਂ ਤਾਂ ਮੈਂ ਦਲਵੀਰ ਬਲਵੀਰ ਭਚੰਗੀ ਗਰੁੱਪ, ਹਾਂਜੀ, ਅਸੀਂ ਦੋਨੇ ਭਰਾ, ਹਾਂਜੀ, ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਅਤੇ ਮਤਲਬ ਛੋਟੀ ਛੋਟੀਆਂ ਪਾਰਟੀਆਂ ਤੋਂ ਲੈ ਕੇ ਘਰਾਂ ਦੀਆਂ ਮਹਿਫਲਾਂ ਵਿੱਚ ਜਾਂ ਫੰਕਸ਼ਨਾਂ 'ਤੇ, ਅਤੇ 2-4 ਮੁੰਡੇ ਹੋਰ ਵਾਲੇ, ਅਤੇ ਉਹਨਾਂ ਨੇ ਪ੍ਰੋਪਰ ਫਿਰ ਅਸੀਂ ਮਤਲਬ ਭਚੰਗੀ ਗਰੁੱਪ ਬਣਾਇਆ, ਤਾਂ ਫਿਰ ਉਹਦੀ ਮਤਲਬ ਅਸੀਂ ਫੰਕਸ਼ਨ 'ਤੇ ਜਾਣਾ, ਵਿਆਹ ਸ਼ਾਦੀਆਂ 'ਤੇ ਜਾਣਾ, ਅਤੇ ਉਹ ਮਤਲਬ ਪ੍ਰੋਪਰ ਜਦੋਂ 1967 ਵਿੱਚ ਜਦੋਂ ਸਾਡੀ ਟੈਲੀਵਿਜ਼ਨ 'ਤੇ ਪਰਫੋਰਮੈਂਸ ਦੇਖੀ ਲੋਕਾਂ ਨੇ, ਸਾਨੂੰ ਬੁਲਾਉਣਾ ਸ਼ੁਰੂ ਕੀਤਾ, ਔਰ ਅਸੀਂ ਪ੍ਰੋਪਰ ਲੋਕਾਂ ਦੇ ਘਰਾਂ ਜਾਂ ਆਪਣੇ, ਉਦੋਂ ਮਤਲਬ ਬੜੇ ਬੜੇ ਹਾਲ ਨਹੀਂ ਸੀ ਹੁੰਦੇ ਜੀ ਜੀ, ਹਾਂਜੀ, ਪੱਬਾਂ ਵਿੱਚ ਵਿਆਹ ਕੀਤੇ ਜਾਂਦੇ ਸੀਗੇ, ਅਤੇ ਘਰਾਂ ਵਿੱਚ ਭੈਣਾਂ ਸਾਡੀਆਂ ਘਰਾਂ ਵਿੱਚ ਗਿੱਧਾ ਪਾ ਕੇ ਜਾਂ ਘਰੇ ਰੋਟੀ ਖਾ ਲੈਂਦੀਆਂ ਸੀਗੀਆਂ। ਅੱਛਾ ਜੀ। ਅਤੇ ਵਿਆਹ ਸ਼ਾਦੀਆਂ ਮਤਲਬ ਬੜੇ ਸਿੱਧੇ ਸਿੱਧੇ ਤਰੀਕੇ ਨਾਲ ਹੁੰਦੀਆਂ ਸੀਗੀਆਂ, ਅਤੇ ਪੱਬਾਂ 'ਚ 50 ਬੰਦੇ 100-150 ਬੰਦਾ ਹੁੰਦਾ ਸੀ, ਅਤੇ ਉੱਥੇ ਉਹਨਾਂ ਦਾ ਅਸੀਂ ਮਨੋਰੰਜਨ ਕਰ। ਅਗਰ ਤੁਹਾਡਾ ਤਾਂ ਕਾਫੀ ਐਕਸਪੀਰੀਅੰਸ ਰਿਹਾ ਵਿਆਹ ਸ਼ਾਦੀਆਂ ਨੂੰ ਲੈ ਕੇ ਜਾਂ ਕਿੱਦਾਂ ਵੀ ਆ, ਹਾਂਜੀ, ਉਸ ਸਮੇਂ ਦੇ ਉੱਤੇ ਵਿਆਹ ਘਰਾਂ ਦੇ ਵਿੱਚ ਵਿਆਹ ਹੋ ਜਾਂਦਾ ਸੀਗਾ, ਚਾਹੇ 100 ਬੰਦਾ ਜਾਂ 150 ਬੰਦਾ, ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਇਕੱਤਰ ਹੁੰਦੇ ਆ, ਹਾਂਜੀ, ਕਿੱਦਾਂ ਕੰਪੇਅਰ ਕਰਦੇ ਤੁਸੀਂ ਉਹਨੂੰ ਕਿ ਲੈ ਕੇ ਉਹ ਸਮਾਂ ਵਧੀਆ ਸੀ ਜਾਂ ਅੱਜ ਇਹ ਜਿਹੜਾ ਇੰਨਾ 68-62 ਆ, ਇੰਨੀਆਂ ਵਧੀਆ ਗੱਡੀਆਂ ਆ, ਸਾਰਾ ਕੁਛ ਆ, ਸਮਾਂ ਬਹੁਤ ਵਧੀਆ ਸੀਗਾ। ਅੱਛਾ ਜੀ। ਹਾਂਜੀ, ਉਹ ਲੋਕੀ ਇਸ ਤਰ੍ਹਾਂ ਸੀਗਾ ਕਿ ਲੋਕੀ ਹੈਲਪ ਕਰਦੇ ਸੀ ਇੱਕ ਦੂਜੇ ਦੀ। ਠੀਕ ਹੈ ਜੀ। ਜਿੱਦਾਂ ਹੁਣ ਕੋਈ ਬੰਦਾ ਇੰਡੀਆ ਤੋਂ ਆਇਆ, ਉਹ ਕੋਲ ਘਰ ਨਹੀਂ ਹੈਗਾ, ਉਹਨੂੰ ਰਹਿਣ ਲਈ ਫਰੀ। ਅੱਛਾ ਜੀ। ਫਰੀ ਰਹਿਣਾ, ਉਹ ਰਹਿ ਸਕਦਾ ਜਿੰਨਾ ਚਿਕਰ ਉਹਨੂੰ ਕੰਮ ਨਹੀਂ ਮਿਲਦਾ। ਠੀਕ ਹੈ ਜੀ। ਦੂਜਾ ਸੀਗਾ ਕਿ ਉਹਦਾ ਰਾਸ਼ਨ ਪਾਣੀ,
ਉਹ ਬੰਦੇ ਜਿਹੜੇ 10 12 ਬੰਦੇ ਇੱਕ ਜਗ੍ਹਾ ਸਾਡੇ ਫਾਦਰ ਹੋਣੀ 55 ਵਿੱਚ ਆਏ ਸੀਗੇ ਦੱਸਦੇ ਸੀਗੇ ਕਿ ਘਰ ਵਿੱਚ ਮਤਲਬ ਕਈ ਵਾਰੀ 100 100 ਬੰਦਾ ਵੀ ਰਹਿੰਦਾ ਹੁੰਦਾ ਤੇ ਨਾਈਟ ਸ਼ਿਫਟ ਚੱਲਣੀ ਡੇ ਸ਼ਿਫਟ ਚੱਲਣਾ ਰਾਤ ਨੂੰ ਉਹਨਾਂ ਨੇ ਖਾਣਾ ਬਣਾ ਕੇ ਦੇਣ ਵਾਲਿਆਂ ਤੇ ਰੱਖ ਦੇਣਾ